ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਡੇ YouTube ਚੈਨਲ ਤੇ Facebook ਪੇਜ ਉੱਤੇ স্বাগত ਜੀ ਅੱਜ ਅਸੀਂ ਵੀਡੀਓ ਲੈ ਕੇ ਆਂ ਬਲਾਂ ਵਾਲੀ ਪੱਗ ਦੀ ਜਿਹੜਾ ਆਪਾਂ ਪਹਿਲਾਂ ਲੜ ਨੂੰ ਥੋੜਾ ਫਿਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਜੀ ਅਤੇ ਇਸ ਲੜ ਦੇ ਦੋਵੇਂ ਪੰਨਿਆਂ ਦੇ ਚੋਂ ਉੱਪਰਲੇ ਪੱਲੇ ਨੂੰ ਆਪਾਂ ਪਹਿਲਾਂ ਚੱਕ ਲੈਣਾ ਹੈ ਅਤੇ ਇਸ ਦੇ ਥੱਲੇਲੇ ਇਸ ਲੜ ਦੇ ਥੱਲੇਲੇ ਪੱਲੇ ਦੇ ਵਿੱਚ ਆਪਾਂ ਥੋੜੇ ਜਿਹਾ ਬਲਾਂ ਨੂੰ ਇਕੱਠੇ ਕਰਾਂਗੇ ਜੀ ਉਂਗਲੀਆਂ ਤੇ ਅੰਗੂਠੇ ਦੇ ਨਾਲ ਆਪਾਂ ਇੱਕ ਇੱਕ ਕਰਕੇ ਇਸ ਲੜ ਦੇ ਦੋਵੇਂ ਪੰਨਿਆਂ ਦੇ ਚੋਂ ਬਲਾਂ ਨੂੰ ਇਕੱਠੇ ਕਰਨਾ ਹੈ ਅਤੇ ਚੰਗੀ ਤਰ੍ਹਾਂ ਇਸ ਲੜ ਦੇ ਬਲਾਂ ਨੂੰ ਖਿਲਾਰਦੇ ਹੋਏ ਸੈੱਟ ਕਰਦੇ ਹੋਏ ਆਪਾਂ ਹੱਥ ਫੇਰਦੇ ਹੋਏ ਖਿੱਚ ਕੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਉਹ ਜਿਹੜਾ ਪਾਗਲਾ ਲੜ ਲਗਾਉਣਾ ਸਾਨੂੰ ਬੈਕ ਤੇ ਪਿੰਚ ਕਰਨਾ ਵੀ ਇਹ ਲੜਦਾ ਮੋਟਾ ਪਸਾ ਪਰ ਆ ਕੇ ਉਪਰਲੀ ਸਾਈਡ ਤੇ ਪੇਜ ਉਹਨਾਂ ਦਮਾਂਗੇ ਜੀ ਇਸ ਲੜ ਦੇ ਦੋਈ ਪਹਿਲਾਂ ਚੋਪਰ ਲੈ ਪਹਿਲਾਂ ਆਪਾਂ ਚੰਗੀ ਤਰ੍ਹਾਂ ਥੱਲੇ ਤੱਕ ਖੋਲ ਲੈਣਾ ਹੈ ਉਂਗਲੀਆਂ ਤੇ ਅੰਗੂਠੇ ਨਾਲ ਉਸੇ ਤਰੀਕਾਂ ਨਾਲ ਇੱਕ ਇੱਕ ਕਰਕੇ ਆਪਾਂ ਇਸ ਲੜ ਦੇ ਵਿੱਚ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਇੱਕ ਵਾਰ ਇਸ ਲੜ ਦੇ ਬਲਾਂ ਨੂੰ ਚੰਗੀ ਤਰ੍ਹਾਂ ਖਿਲਾਰ ਲਵਾਂਗੇ ਜੀ ਸੈੱਟ ਕਰ ਲਵਾਂਗੇ ਜੀ ਅਤੇ ਚੰਗੀ ਤਰ੍ਹਾਂ ਲੜ ਨੂੰ ਖੋਲ ਕੇ ਆਪਾਂ ਇਸ ਲੜ ਦੇ ਬਲਾਂ ਨੂੰ ਸੈੱਟ ਕਰਦੇ ਹੋਏ ਹੱਥ ਫੇਰਦੇ ਹੋਏ ਖਿੱਚ ਕੇ ਸੜਨ ਨੂੰ ਲਗਾ ਦੇਣਾ ਹੈ ਜੀ ਉਂ ਡੇੜਾ ਪਾ ਅਗਲਾ ਲੜਦ ਗੋਣੈਸ ਨੂੰ ਬੈਕ ਟੂ ਪਿੰਚ ਕਰਾਂਗੇ ਜੀ ਲੜਦਾ ਮੋਟਾ ਪਾਸਾ ਪਰਾ ਕੇ ਪੁਲੀ ਸਾਈਡ ਕੁ ਪੇਚ ਬਣਾ ਦਵਾਂਗੇ ਜੀ ਇਸ ਲੜ ਦੇ ਵੀ ਦੋ ਹੀ ਪਲ ਜੋ ਉੱਪਰਲੇ ਪੱਲੇ ਨੂੰ ਆਪਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਉਸੇ ਤਰੀਕੇ ਨਾਲ ਆਪਾਂ ਇਸ ਲੜ ਦੇ ਵਿੱਚ ਵੀ ਬਲਾਂ ਨੂੰ ਇਕੱਠੇ ਕਰਾਂਗੇ ਅਤੇ ਚੰਗੀ ਤਰ੍ਹਾਂ ਇਸ ਲੜ ਦੇ ਬਲਾਂ ਨੂੰ ਵੀ ਖੋਲਦੇ ਹੋਏ ਸੈੱਟ ਕਰਦੇ ਹੋਏ ਖਿੱਚ ਕੇ ਆਪਾਂ ਇਸ ਲੜ ਨੂੰ ਵੀ ਹੱਥ ਫੇਰਦੇ ਹੋਏ ਲਗਾ ਦੇਣਾ ਹੈ ਜੀ ਹੱਥ ਫੇਰ ਕੇ ਦੇ ਬਾਅਦ ਇਹਨਾਂ ਨੂੰ ਵੜਾ ਨੂੰ ਸੈੱਟ ਕਰ ਲੈਣਾ ਹੈ ਜੀ ਜੇਕਰ ਕੋਈ ਆਪਣਾ ਵਾਲ ਢਿੱਲਾ ਹੋਵੇਗਾ ਤਾਂ ਉਸ ਨੂੰ ਆਪਾਂ ਬਾਅਦ ਦੇ ਨਾਲ ਦੱਬ ਕੇ ਉਸ ਦੇ ਵਿੱਚ ਹੋਰ ਵਾਲ ਬਣਾਵਾਂਗੇ ਜਿਸ ਦਿਨ ਆਪਣੇ ਜੜੇ ਵਾਲ ਨੇ ਸੰਘਣੇ ਹੋ ਜਾਣਗੇ ਤੇ ਆਪਣੀ ਜਿਹੜੀ ਪਾਗਾ ਦੇਖਣ ਦੇ ਵਿੱਚ ਹੋਰ ਵੀ ਜਿਆਦਾ ਸੋਹਣੀ ਲੱਗੇਗੀ ਹੁਣ ਜਿਹੜਾ ਆ ਪਾਗਲਾ ਲੜ ਲਗਾਣਾ ਇਸ ਨੂੰ ਬੈਕ ਤੋਂ ਵਿੱਚ ਕਰਾਂਗੇ ਜੀ ਲੜਦਾ ਮੋਟਾ ਬੱਸ ਉੱਪਰ ਆ ਕੇ ਪਲੀ ਸਾਈਡ ਕੇ ਪੇਚ ਬਣਾ ਦਵਾਂਗੇ ਜੀ ਇਸ ਲੜ ਦੇ ਵੀ ਦੋ ਹੀ ਪੰਨ ਜਿਹੜੇ ਉੱਪਰਲੇ ਪੰਨ ਆਪਾਂ ਖੋਲਣਾ ਹੈ ਉਂਗਲੀ ਤੇ ਅੰਗੂਠਣ ਨਾਲ ਉਸੇ ਤਰੀਕੇ ਨਾਲ ਪੈਸਲੜ ਦੇ ਵਿੱਚ ਵੀ ਬਲਾਂ ਨੂੰ ਇਕੱਠੇ ਕਰਾਂਗੇ ਜੀ ਅਤੇ ਜਿੱਥੇ ਆਪਣੇ ਇਸ ਤੋਂ ਪਹਿਲਾਂ ਵਾਲੇ ਲੜਦੇ ਵਾਲ ਖਤਮ ਹੁੰਦੇ ਨੇ ਉੱਥੇ ਆਪਾਂ ਇਸ ਲੜਦੇ ਵਾਲਾਂ ਨੂੰ ਸ਼ੁਰੂ ਕਰਾਂਗੇ ਜੀ ਜਿਹੜਾ ਪਾਗਲਾ ਲੜਦ ਗਣਾ ਇਸ ਨੂੰ ਵੀ ਬੈੱਟ ਪੇਚ ਕਰਾਂਗੇ ਜੀ ਲੜਦ ਦਾ ਮोटा ਪਾਸਾ ਪਰਾ ਕੇ ਉਪਰ ਸਾਈਡ ਕੇ ਪੇਚਣਾ ਦਵਾਂਗੇ ਜਿਸੇ ਲੜਦੇ ਵੀ ਦੋ ਹੀ ਪਲਾ ਜੋ ਉੱਪਰ ਲੇ ਕੇ ਲਉਣਾ ਆਪਾਂ ਖੋਲਣਾ ਹੈ ਪਰ ਇਸ ਵਾਰ ਜਿਹੜਾ ਆਪਣਾ ਇਸ ਲੜਦ ਦਾ ਉੱਪਰਲਾ ਪੱਲਾ ਹੋਵੇਗਾ ਉਸ ਨੂੰ ਆਪਾਂ ਅੱਖ ਤੱਕ ਖੋਲਣਾ ਹੈ ਇਸ ਲੜਦ ਦੇ ਵਿੱਚ ਵੀ ਉਸੇ ਤਰੀਕੇ ਨਾਲ ਬਲਾਂ ਨੂੰ ਇਕੱਠੇ ਕਰਾਂਗੇ ਅਤੇ ਚੰਗੀ ਤਰ੍ਹਾਂ ਇਸ ਲੜਦ ਦੇ ਵੀ ਬਲਾਂ ਨੂੰ ਖੋਲਦੇ ਹੋਏ ਸੈੱਟ ਕਰਦੇ ਹੋਏ ਆਪਾਂ ਇਸ ਲੜਦ ਨੂੰ ਵੀ ਹੱਥ ਫੇਰਦੇ ਹੋਏ ਖਿੱਚ ਕੇ ਲਗਾ ਦੇਣਾ ਹੈ ਜੀ ਅਤੇ ਬਾਅਦ ਦੇ ਨਾਲ ਆਪਾਂ ਇਸ ਲੜਦ ਦੇ ਬਲਾਂ ਨੂੰ ਵੀ ਸੈੱਟ ਕਰ ਲੈਣਾ ਹੈ ਜੀ ਤੇ ਨਾਲ ਦੇ ਨਾਲ ਆਪਣਾ ਉਪਰਲੀ ਸਾਈਡ ਦੇ ਪੇਚਾਂ ਨੂੰ ਵੀ ਜੇਕਰ ਆਪਾਂ ਗੱਲ ਕਰੀਏ ਇਸ ਪੱਗ ਦੀ ਲੰਬਾਈ ਤੇ ਇਸ ਪੱਗ ਦੀ ਲੰਬਾਈ ਡੇਢ ਸਾਤੇ ਸਾਤ ਮੀਟਰ ਹੈ ਜੀ ਕਪੜਾ ਫੁੱਲ ਵੈਲ ਦਾ ਜੇਕਰ ਤੁਸੀਂ ਸ਼ੁਰੂ ਤੋਂ ਰੂਵਾ ਵੈਲ ਕਪੜੇ ਦੇ ਵਿੱਚ ਪੱਗ ਮੰਦੂਰ ਤਾਂ ਤੁਸੀਂ ਉਸ ਕਪੜਾ ਦੇ ਵਿੱਚ ਵੀ ਇਹ ਪੱਗਾਂ ਜਿਹੜੀ ਬਣ ਸਕਦੀਆਂ ਹੋ ਜੀ ਇਹ ਲੜ ਗਉਣ ਤੋਂ ਬਾਅਦ ਹੁਣ ਆਪਾਂ ਆਪਣੇ ਵਾਲਾਂ ਨੂੰ ਸੈੱਟ ਕਰ ਲੈਣਾ ਹੈ ਜੀ ਹੁਣ ਜਿਹੜਾ ਆ ਪਾਗਲਾ ਲੜ ਗਾਣਾ ਇਸ ਨੂੰ ਬੈਕ ਤੋਂ ਪਿੰਚ ਕਰਾਂਗੇ ਜਿਹੜਾ ਲੜ ਦਾ ਮੋਟਾ ਵਸਾ ਪਰਾ ਕੇ ਉੱਪਰ ਸਾਈਡ ਕੇ ਪੇਚ ਬਣਾ ਦਵਾਂਗੇ ਜੀ ਇਸ ਲੜ ਦੇ ਵੀ ਦੋ ਪਹਿਲਾਂ ਜੋ ਉੱਪਰਲੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਥੱਲੇ ਜਾ ਕੇ ਖੋਲ ਲੈਣਾ ਹੈ ਇਸ ਵਾਰ ਜਿਹੜਾ ਆਪਣਾ ਇਸ ਲੜ ਦੇ ਉੱਪਰ ਲੱਪਲਾ ਹੋਊਗਾ ਉਸ ਨੂੰ ਆਪਾਂ ਅੱਧੀ ਅੱਖ ਤੱਕ ਖੋਲਣਾ ਹੈ ਜੀ ਚੰਗੀ ਤਰ੍ਹਾਂ ਲੜ ਨੂੰ ਸੈਟ ਕਰਨ ਤੋਂ ਬਾਅਦ ਇੱਕ ਵਾਰ ਹੱਥ ਫੇਰ ਕੇ ਆਪਾਂ ਇਸ ਲੜ ਨੂੰ ਸਾਫ਼ ਕਰ ਲੈਣਾ ਹੈ ਜੀ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਨ ਤੋਂ ਬਾਅਦ ਆਪਾਂ ਜਿਵੇਂ ਪੇਚਾਂ ਵਾਲੀ ਪੱਗ ਦੇ ਵਿੱਚ ਲੜ ਨੂੰ ਫੋਲਡ ਕਰਦੇ ਹਾਂ ਉਸ ਤਰੀਕੇ ਨਾਲ ਇਸ ਲੜ ਨੂੰ ਫੋਲਡ ਕਰਾਂਗੇ ਜੀ ਪਹਿਲਾਂ ਇੱਕ ਵਾਰ ਲੜ ਨੂੰ ਫੋਲਡ ਕਰਾਂਗੇ ਵਾਧੂ ਕੱਪੜਿਆਂ ਨੂੰ ਥੱਲੇ ਨੂੰ ਖਿੱਚਾਂਗੇ ਤੇ ਲੜ ਨੂੰ ਦੂਜੀ ਵਾਰ ਫੋਲਡ ਕਰਨ ਤੋਂ ਬਾਅਦ ਆਪਾਂ ਹੱਥ ਫੇਰਦੇ ਹੋਏ ਖਿੱਚ ਕੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਇਹ ਲੜ ਲਗਾਉਣਾ ਆਪਣੀ ਪੱਕ ਦੀ ਜਿਹੜੀ ਸ਼ੇਪ ਆ ਕੰਪਲੀਟ ਹੋ ਚੁੱਕਿਆ ਜੀ ਹੁਣ ਆਪਣਾ ਕਲਗੀ ਲੜ ਲਗਾਉਣਾ ਸ਼ੇਰ ਟਕਣਾ ਤੇ ਬੈਕ ਸਾਈਡ ਤੇ ਲੜ ਲਗਾਉਣਾ ਰਹਿ ਚੁੱਕਿਆ ਹੈ ਜੀ ਇਸ ਪੱਕ ਦੇ ਵਿੱਚ ਬਲਾਂ ਵਾਲੀ ਸਾਈਡ ਕੋਲ 6 ਲੜ ਆਉਣਗੇ ਜੀ ਅਤੇ ਉੱਪਰਲੇ ਪੇਚਾਂ ਵਾਲੀ ਸਾਈਡ ਕੋਲ 5 ਪੇਚ ਆਉਣਗੇ ਜੀ ਜਿਹੜਾ ਪਾ ਕਾਲਗੀ ਲੜ ਲਗਾਉਣਾ ਇਸ ਨੂੰ ਆਪਾਂ ਸਿੱਧਾ ਹੀ ਲਗਾਵਾਂਗੇ ਜੀ ਇਸ ਤੋਂ ਦੋਈ ਪਹਿਲੇ ਨੂੰ ਆਪਾਂ ਫੋਲਡ ਕਰ ਲੈਣਾ ਹੈ ਜੀ ਦੋਈ ਪਹਿਲੇ ਨੂੰ ਬਰਾਬਰ ਬਰਾਬਰ ਫੋਲਡ ਕਰ ਲੈਣਾ ਹੈ ਜੀ ਉੱਪਰ ਵਾਲੇ ਪੱਲੇ ਨੂੰ ਥੱਲੇ ਛਾੜਨੂ ਅਤੇ ਥੱਲੇ ਵਾਲੇ ਪੱਲੇ ਨੂੰ ਉੱਪਰ ਛਾੜਨੂ ਅਤੇ ਜਿਹੜਾ ਆਪਾਂ ਇਸ ਤੋਂ ਪਹਿਲਾਂ ਵਾਲਾ ਲੜ ਲਗਾਇਆ ਸੀ ਉਸ ਲੜ ਦੇ ਉੱਪਰ ਆਪਾਂ ਇਸ ਲੜ ਨੂੰ ਰੱਖਾਂਗੇ ਅਤੇ ਇਸ ਲੜ ਦੇ ਵਿੱਚ ਥੋੜੇ ਜਿਹੇ ਬਲਾਂ ਨੂੰ ਆਪਾਂ ਇਕੱਠੇ ਕਰਾਂਗੇ ਜੀ ਇਕੱਠੇ ਕਰ ਲਵਾਂਗੇ ਜੀ ਅਤੇ ਚੰਗੀ ਤਰ੍ਹਾਂ ਆਪਾਂ ਖਿੱਚ ਕੇ ਇਸ ਲੜ ਨੂੰ ਜਿਹੜਾ ਆਪਾਂ ਛੇਵਾਂ ਲੜ ਲਗਾਇਆ ਸੀ ਉਸ ਲੜ ਦੇ ਥੱਲੇ ਆਪਾਂ ਇਸ ਲੜ ਨੂੰ ਦੱਬ ਦੇਣਾ ਹੈ ਜੀ ਇਹ ਲੜ ਲਗਾਉਣ ਦੇ ਨਾਲ ਵੀ ਪਗੜੀ ਜਿਹੜੀ ਫਰੰਟ ਸਾਈਡ ਆ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਆਪਣਾ ਸਿਰ ਟਕਣਾ ਤੇ ਬੈਕ ਸਾਈਡ ਦਾ ਲੜ ਲਗਾਉਣਾ ਰਹਿ ਚੁੱਕਾ ਹੈ ਜੀ ਅਤੇ ਜੇਕਰ ਇਸ ਲੜ ਦੀ ਉੱਪਰਲੀ ਸਾਈਡ ਵਾਲ ਪੈਂਦੇ ਹੋਣਗੇ ਤਾਂ ਉਹਨਾਂ ਨੂੰ ਆਪਾਂ ਬਾਅਦ ਦੇ ਨਾਲ ਜਿਹੜਾ ਸਾਫ਼ ਕਰ ਲਵਾਂਗੇ ਜੀ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਜੇਕਰ ਵੀਡੀਓ ਚੰਗੀ ਲਗੀ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਹੁਣ ਆਪਾਂ ਆਪਣੀ ਪੱਗ ਦੀ ਸ਼ੇਪ ਨੂੰ ਸੈੱਟ ਕਰ ਲਵਾਂਗੇ ਜੀ ਤੇ ਆਪਣੇ ਬਲਾਂ ਨੂੰ ਸੰਘਣੇ ਕਰ ਲਵਾਂਗੇ ਜੀ ਜਿਸ ਤਰ੍ਹਾਂ ਆਪਣੀ ਜਿਹੜੀ ਪੱਗ ਆ ਉਹ ਦੇਖਣ ਦੇ ਵਿੱਚ ਹੋਰ ਵੀ ਜ਼ਿਆਦਾ ਸੋਹਣੀ ਲੱਗੇਗੀ ਤੁਸੀਂ ਜੈ ਸਕਦੇ ਹੋ ਕਿ ਆਪਾਂ ਆਪਣੇ ਕੱਲੇ-ਕੱਲੇ ਵਾਲ ਨੂੰ ਸੈੱਟ ਕਰਨਾ ਹੈ ਸੰਘਣੇ ਕਰਨਾ ਹੈ ਜੀ ਜਿਸ ਨਾਲ ਉਸ ਵਾਲ ਦੇ ਵਿੱਚ ਆਪਣੇ ਹੋਰ ਵਾਲ ਬਣਨਗੇ ਤੇ ਆਪਣੀ ਪੱਗ ਜਿਹੜੀ ਦੇਖਣ ਦੇ ਵਿੱਚ ਹੋਰ ਵੀ ਜਾਦੇ ਸੋਹਣੀ ਲੱਗੇਗੀ ਤੇ ਆਪਣੇ ਵਾਲ ਨੇ ਜਿਹੜੇ ਉਹ ਦੇਖਣ ਦੇ ਵਿੱਚ ਬਹੁਤ ਜਾਦੇ ਸੰਘਣੇ ਲੱਗਣਗੇ ਵੀਡੀਓ ਨੂੰ ਬਿਲਕੁਲ ਵੀ ਇਸਕੇ ਪਨਾ ਕਰਿਓ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਜੇਕਰ ਵੀਡੀਓ ਚੰਗੀ ਲੱਗਤਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬ ਵਾਲਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਹੁਣ ਆਪਾਂ ਆਪਣੀ ਪੱਗ ਦੀ ਸ਼ੇਪ ਨੂੰ ਸੈੱਟ ਕਰ ਲੈਣਾ ਹੈ ਜੀ ਅੱਧੇ ਡੇੜਾ ਆਪਾਂ ਸਿੱਧਾ ਲੜ ਗਾਇ ਸੀ ਕੱਲ੍ਹ ਗੇ ਲੜ ਗਾਇ ਸੀ ਉਸ ਨੂੰ ਵੀ ਉਸ ਦੇ ਵਿੱਚ ਵੀ ਆਪਾਂ ਵਾਲਾਂ ਨੂੰ ਸੈੱਟ ਕਰ ਲੈਣਾ ਹੈ ਜੀ ਸੰਘਣੇ ਕਰ ਲੈਣਾ ਹੈ ਜੀ ਵੜਾ ਨੂੰ ਚੰਗੀ ਤਰ੍ਹਾਂ ਸੰਗੜੇ ਕਰਨ ਤੋਂ ਬਾਅਦ ਸੈਟ ਕਰਨ ਤੋਂ ਬਾਅਦ ਆਪਾਂ ਆਪਣੇ ਉੱਪਰੀ ਸਾਈਡ ਦੇ ਪੇਚਾਂ ਨੂੰ ਵੀ ਸੈੱਟ ਕਰ ਲਵਾਂਗੇ ਜੀ ਉਹਨਾਂ ਦੀ ਸਫਾਈ ਕਰ ਲਵਾਂਗੇ ਜੀ ਅਤੇ ਜੇਕਰ ਆਪਣੇ ਪੱਗ ਦੀ ਕਿਸੇ ਵੀ ਸਾਈਡ ਕਪੜਾ ਬਾਹਰ ਨੂੰ ਉੱਬਰਦਾ ਹੋਵੇਗਾ ਤਾਂ ਉਸਨੂੰ ਆਪਾਂ ਹੱਥ ਦੀ ਗਿੱਬੀ ਨਾਲ ਦੱਬ ਕੇ ਉਸ ਜਿਹੜਾ ਉੱਬਰਦਾ ਕਪੜਾ ਇਹਨੂੰ ਦਬਾ ਦਵਾਂਗੇ ਜੀ ਜਿਹੜੀ ਆਪਣੀ ਨੋਕ ਪੱਗ ਦੀ ਨੋਕ ਹੈ ਉਹ ਸਿੱਧੀ ਨੱਕ ਦੀ ਸੀਧੇ ਵਿੱਚ ਹੋਣੀ ਚਾਹੀਦੀ ਹੈ ਜੀ ਤੁਸੀਂ ਇਸ ਨੂੰ ਬਾਅਦ ਦੇ ਨਾਲ ਵੀ ਸਿੱਧਾ ਨੱਕ ਤੇ ਰੱਖ ਕੇ ਦੇਖ ਸਕਦੇ ਹੋ ਜੀ ਚੈੱਕ ਕਰ ਸਕਦੇ ਹੋ ਜੀ ਜਿਹੜਾ ਆਪਾਂ ਸਿਰ ਤੋਂ ਕਿਣਾ ਸਿਰ ਦੇ ਸੈਂਟਰ ਵਿੱਚ ਜਿਹੜਾ ਸਭ ਤੋਂ ਪਹਿਲਾਂ ਲੜਦੇ ਆ ਸੀ ਉਸ ਤੇ ਲਟਕਾਂਗੇ ਇਸ ਲੜ ਦੇ ਦੋ ਪਹਿਲੇ ਇਹਨੂੰ ਬਰਾਬਰ ਬਰਾਬਰ ਫੋਲਡ ਕਰਕੇ ਸਿਰ ਦੇ ਉੱਤੇ ਇਸ ਲੜ ਨੂੰ ਖਿਲਾਰ ਲੈਣਾ ਹੈ ਜੀ ਅਤੇ ਬਣਾ ਵਾਲੀ ਸਾਈਡ ਤੋਂ 6 ਮੀ ਲੜ ਦੇ ਥੱਲੇ ਤੇ ਪੁੱਲੇ ਪੇਚਾਂ ਵਾਲੀ ਸਾਈਡ ਤੋਂ ਪਹਿਲੇ ਪੇਚ ਦੇ ਥੱਲੇ ਇਸ ਲੜ ਦੇ ਕਪੜੇ ਨੂੰ ਦੱਬਾਂਗੇ ਜੀ ਅਤੇ ਬੈਕ ਸਾਈਡ ਤੋਂ ਲੜ ਨੂੰ ਖਿੱਚ ਕੇ ਆਪਣੇ ਸਿਰ ਨੂੰ ਜਿਹੜਾ ਕਵਰ ਕਰ ਲਵਾਂਗੇ ਜੀ ਜੇਕਰ ਆਪਣਾ ਸਿਰ ਜਿਹੜਾ ਤਾਂ ਵੀ ਕਿਸੇ ਵੀ ਸਾਈਡ ਤੋਂ ਬਰੀਕ ਨੰਗਾ ਰਹਿ ਜਾਂਦਾ ਤਾਂ ਉਸ ਨੂੰ ਆਪਾਂ ਬਾਅਦ ਦੇ ਨਾਲ ਕਵਰ ਕਰ ਲਵਾਂਗੇ ਜੀ ਅਤੇ ਬੈਕ ਸਾਈਡ ਤੋਂ ਲੜ ਨੂੰ ਖਿੱਚ ਕੇ ਆਪਣੇ ਸਿਰ ਨੂੰ ਕਵਰ ਕਰ ਲਵਾਂਗੇ ਜੀ ਹੁਣ ਜਿਹੜਾ ਆਪਣਾ ਬੈਕ ਸਾਈਡ ਦਾ ਲੜਦੋ ਦੋਈ ਪੱਲੇ ਨੂੰ ਬਰਾਬਰ ਬਰਾਬਰ ਫੋਲਡ ਕਰਕੇ ਲੜ ਨੂੰ ਬੈਕ ਸਾਈਡ ਤੇ ਲਗਾ ਦਵਾਂਗੇ ਜੀ ਆਪਣੀ ਪੱਗ ਜਿਹੜੀ ਕੰਪਲੀਟ ਹੋ ਚੁੱਕੀ ਹੈ ਜੀ ਪੱਗ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗ ਤਾਂ ਵੀ ਇਹਨ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਲਦੀ ਮਿਲਾਂਗੇ ਅਗੀਆਂ ਵੀਡੀਓ ਲੈ ਕੇ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ